ਅਫਸੋਸ ਹੈ, ਮੈਨੂੰ ਬੜਾ ਅਫਸੋਸ ਹੈ ਕਿ ਬ੍ਰਿਗੇਡੀਅਰ ਸਾਹਿਬ ਦੀ ਡੈਥ ਹੋਈ ਹੈ ਔਰ ਉਹ ਅੱਜ ਤਾਈਂ ਇਹ ਕੁਛ ਨਹੀਂ ਇਹਦੀ ਪੜਤਾਲ ਕਰ ਸਕਣ, ਨਾ ਉਹਦਾ ਬੰਦਾ ਫੜ ਸਕਦੇ ਨੇ, ਨਾ ਜਿਹੜੇ ਸਾਡੇ ਧੰਡੇ ਵਾਲੇ ਸੰਤ ਨੇ ਉਹਨਾਂ ਦਾ ਫੜ ਸਕਦੇ, ਨਾ ਸਾਡੇ ਨਾਮਧਾਰੀਆਂ ਦੇ ਮਾਤਾ ਜੀ ਨੇ ਉਹਨਾਂ ਦਾ ਫੜਿਆ। ਇਹ ਕਰ ਕੀ ਰਹੀ ਹੈ ਫਿਰ ਇਹ ਸਰਕਾਰ, ਇਹ ਆਪ ਕਰਾ ਰਹੇ ਨੇ, ਤੁਸੀਂ ਕੀ ਕਰ ਰਹੇ ਹੋ, ਇਹ ਹਾਲਾਤ ਵਿਗਾੜਨ ਵਾਸਤੇ ਕੌਣ ਹੈ ਅੱਜ ਤੁਰਿਆ ਹੋਇਆ? ਪ੍ਰਕਾਸ਼ ਸਿੰਘ ਬਾਦਲ ਤੁਰਿਆ ਹੋਇਆ ਔਰ ਸਾਰੀ ਦੁਨੀਆਂ ਨੂੰ ਪਤਾ ਹੈ, ਇਹ ਕੈਸੇ ਕਰੂਗੇ ਇਨਕੁਆਇਰੀ? ਉਹਨਾਂ ਅਗਰ ਉਹ ਜਿਹੜੇ ਐਸ ਪੀ ਨੇ ਗੋਲੀ ਚਲਾਈ ਹੈ ਉੱਥੇ ਬਹਿਬਲ ਕਲਾਂ ਵਿੱਚ, ਅਗਰ ਉਹਨੂੰ ਮੈਂ ਕਈ ਦਿਨ ਦਾ ਕਹਿ ਰਿਹਾ ਉਹਦੀ ਇਨਕੁਆਇਰੀ ਕਰੂ, ਕਿਉਂ ਨਹੀਂ ਕਰ ਰਹੇ? ਜਦੋਂ ਉਹਨੂੰ ਕੁੱਟ ਪਊਗੀ ਉਹ ਆਪ ਹੀ ਦੱਸ ਦੂਗਾ ਕਿ ਸਾਰੇ ਉੱਪਰ ਹੁਕਮ ਆਇਆ।